आकाशवाणी जम्मू है सन्या खबरें च तुंदा स्वागत खास खास खबरें करने मैं निर्मल विक्रम प्रधानमंत्री नरेंद्र मोदी ਤੇ नेपाल ਦੇ ਪ੍ਰਧਾਨ ਮੰਤਰੀ shear Bahadur Deuba ਦੇ ਵਿਚਕਾਰ ਨਵੀਂ ਦਿੱਲੀ ਚ ਪ੍ਰਤੀਨਿਧੀ ਸਤਰ ਦੀ ਵਾਰਤਾ ਹੋਈ ਦੋਨੇ ਦੇਸ਼ਾਂ ਚਾਹੂ ਸਮਝੌਤੇ ਉਪਰ ਦਸਤਖਤ ਵੀ ਕੀਤੇ ਰੱਖਿਆ ਮੰਤਰੀ ਰਾਜਨਾਥ ਸਿੰਘੋਰੇ ਆਖਿਆ ਜੇ ਰਾਸ਼ਟਰੀ ਸੁਰੱਖਿਆ ਸਰਕਾਰ ਦੀ ਪ੍ਰਾਥਮਿਕਤਾ ਹੈ ਤੇ ਰੱਖਿਆ ਉਤਪਾਦਨ ਚ ਆਤਮ ਨਿਰਭਰਤਾ ਹੀ ਬੈਲ ਦਿੱਤੀ ਜਾਂਦੀ ਹੈ ਜੰਮੂ ਕਸ਼ਮੀਰ ਪੁਲਸਾ ਦੇ ਡਾਇਰੈਕਟਰ ਜਨਰਲ ਦਿਲਬਖ ਸਿੰਘ ਹੋਰੇ ਆਖਿਆ ਜੇ ਦੁਸ਼ਮਣ ਤੇ ਰਾਸ਼ਟਰ ਵਿਰੋਧੀ ਤੱਤਵੇਂ ਦੇ ਪਿਹੜੇ ਇਰਾਦੇ ਕੀ ਕਾਮਯਾਬ ਨਹੀਂ ਹੋਣ ਦਿੱਤਾ ਜਾਗ ਉਧमपुर ਦੇ ਐਸਟੀਸੀ ਥਾਮਾ ਬੀਐਸਐਫ ਦੇ 626 ਰੰਗ ਰੂਟ ਪਾਸ ਹੋਏ ਤੇ ਇੰਦੂਏ ਦਾ ਪਵਿੱਤਰ ਤਿਆਰ ਨਰਾਤੇ ਅਜਾ ਥਾ ਸ਼ੁਰੂ ਹੋਈ ਹੈ ਤੇ ਰਮਜ਼ਾਨ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ ਜੰਮੂ ਕਸ਼ਮੀਰ ਸਰਕਾਰ ਨੇ ਰਾਤਾਂ ਤੇ ਰਮਜ਼ਾਨ ਦੌਰਾਨ ਬਿਜਲੀ ਦੀ ਨਿਰਬਿਗਨ ਸਪਲਾਈ ਦੇਣ ਦੇ ਨਿਰਦੇਸ਼ ਦਿੱਤੇ ਹਨ ਖਬਰਾਂ ਦੀ ਤਫਸੀਲ ਕਰਨਾ ਪੂਨਮ ਡੋਗਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਅੱਜ ਨਵੀਂ ਦਿੱਲੀ ਚ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਾਦੁਰ ਦੇ ਬੌਂਡ ਦੇ ਕਨੇ ਪ੍ਰਤੀਨਿਧੀ ਮੰਡਲ ਸਤਰ ਦੀ ਬੈਠਕ ਲਈ ਇਸ ਦੌਰਾਨ ਦੋਵੇਂ ਲੀਡਰਾਂ ਆਪਸ ਦੀ ਸਾਂਝੇਦਾਰੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਤੇ ਦੋਵੇਂ ਮੁਲਕੇ ਬਿਸ਼ਕਾਰ ਆਪਸੀ ਸਹਾਇਤ ਸਹਿਯੋਗ ਦੀ ਔਰ ਮਤਾਬਦਾਨੇ ਦੇ ਤੌਰ ਤਰੀਕੇ ਉਪਰ ਚਰਚਾ ਵੀ ਕੀਤੀ। ਬੈਠਕ ਮਗਰਾ ਦੋਵੇਂ ਨੇਤਾਏ ਕਈ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇਂਗ ਲਾਇਆ ਜਿ ਦੋਵੇਂ ਮੁਲਕੇ ਆਪਸੀ ਮਿੱਤਰਤਾ ਗੇ ਔਰ ਵਿਕਸਿਤ ਕਰਨੇ ਬਾਰੇ ਤੇ ਬਖਬਖ ਖੇਤਰੇ ਚ ਆਪਸੀ ਸਹਿਯੋਗ ਦੀ ਔਰ ਬਿਦਾਨੇ ਬਾਰੇ ਤਫਸੀਲੀ ਚਰਚਾ ਕੀਤੀ ਹੈ। इस मौके पर दवे नेताएं चार समझौतें दस्तखत भी किए बैठक मगरा दवे नेताएं बिहार दे जयनगर ते नेपाल दे कुर्था बश् यात्री रेलगड्डी हरी झंडी दस्तय रवाना कि दवे नेताएं नेपाल च रुपे कार्ड की शुरुआत भी की रक्षा मंत्री राजनाथ सिंह जे देश की सुरक्षा सेना की प्राथमिकता है ओ पूरी तनदही अपने कर्तव्य पालना करती आवाद एक कार्यक्रम च बोलते ਉਨੇ ਆਖਿਆ ਜੇ ਸਰਕਾਰ ਨੇ ਆਤਮ ਨਿਰਭਰਤਾ ਬਦਾਨੇ ਦੇ ਉਦੇਸ਼ਕੰਨੇ ਰੱਖਿਆ ਖੇਤਰ ਚ ਕਰੇਲੂ ਉਦਯੋਗਾਂ ਚ ਵਾਦਾ ਕਰਨੇ ਲਈ ਕਈ ਮਤਵਪੂਰਨ ਕੰਮ ਫੁੱਟੇ ਨਾ ਪੁਲਸ ਮਹਾਂ ਨਿਰਦੇਸ਼ਕ ਦਿਲਵਕ ਸਿੰਘੋ ਨੇ ਅੱਜ ਆਖਿਆ ਜੇ ਦੁਸ਼ਮਣੇ ਦੀ ਨਾਪਾਕ ਸਾਜ਼ਿਸ਼ਾਂ ਤੇ ਕੁਸਾ ਵੀ ਦੇਸ਼ ਵਿਰੋਧੀ ਤੱਤਵੇਂ ਕੀ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਗ STC BSF ਉਦਮਪੁਰ 262 ਕਾਂਸਟੇਬਲ ਨੇ ਦੀ ਅਟੈਸਟੇਸ਼ਨ ਕੰਪਾਸਿੰਗ ਆਉਟਪਰੇਟ ਦੌਰਾਨ ਬੋਲਦੀ ਉਹਨੇ ਇੱਕ ਅਲਾਖੀ ਉਹਨੇ ਕਿਹਾ ਜੇ BSF ਦੇਸ਼ ਦੀ ਸੁਰੱਖਿਆ ਕਰਨ ਲਈ ਮਜ਼ਬੂਤੀ ਕਨੇ ਖੜੋਤੀ ਦੀ ਹੈ ਉਹਨੇ ਆਖਿਆ सोशल मीडिया टेरर के इकोसिस्टम को जिंदा रखने में बहुत हद तक पाकिस्तान और पाकिस्तान नवाज एजेंसी इस्तेमाल करती हैं पाकिस्तान के पिट्ठू जहां पर इस्तेमाल करते हैं और हम लोग सोशल मीडिया पे 24/7 सेवन नजर रखते हैं और जो भी एडवर्स नोटिस में कहीं चीज आती है उसके ऊपर कुरूनी कार्रवाई सख्ती से की जाती है हाल फिलहाल में इस तरह की जो चीजें सामने आई उसमें वो लोग जो मिलिटेंसी को एक लेटेंट तरीके से हिडन तरीके से ਟੈਰਰਿਜ਼ਮ ਕੋ ਪ੍ਰਮੋਟ ਕਰਤੇ ਹੈ ਉਨਕੇ ਖਿਲਾਫ ਕਾਰਵਾਈ ਕੀ ਗਈ ਹੈ ਔਰ ਆਇੰਦਾ ਵੀ ਸਖਤੀ ਸੇ ਇਹ ਕਾਰਵਾਈ ਕੀ ਜਾਏਗੀ ਜੰਮੂ ਕਸ਼ਮੀਰ ਖਾਦੀ ਗ੍ਰਾਮ ਤੇ ਉਦਯੋਗ ਬੋਰਡ ਨੌਜਵਾਨੇ ਦੀ ਉੰਦੀ ਆਮਦਨ ਦੇ ਮੌਕੇ ਮੁਹੱਈਆ ਕਰਾਣੇ ਵਾਲੀ ਇਕਾਈਆਂ ਕੀ ਸਥਾਪਿਤ ਕਰਨੇ ਦੇ ਮਾਮਲੇ ਕੀ ਮਨਜ਼ੂਰੀ ਤਿਆਰ ਦਾ ਕਟੂਆ ਦੇ ਬਸੋਲੀ ਤਹਿਸੀਲ ਦੀ ਬਸਨੀਕ ਪੂਜਾ ਕੁਮਾਰੀ ਜਿਹੜੀ ਪਹਿਲੇ ਜੰਮੂ ਕਟੂਆ ਇਲਾਕੇ ਚ ਵਾਸ ਚਲਾਂਦੀ ਹੀ ਕੀ ਪ੍ਰਧਾਨ ਮੰਤਰੀ ਰੋਜ਼ਗਾਰ ਪੈਦਾਵਾਰ ਪ੍ਰੋਗਰਾਮ ਤਹਿਤ ਲੋਨ ਦੀ ਸਹੂਲਤ ਮਿਲੀ ਹੈ ਸਾਡੇ ਸਮਾਦਾਤਾ ਕਨੇ ਗੱਲਬਾਤ ਕਰਦੇ ਉਹਨੇ ਦੱਸਿਆ सर मेरा नाम पूजा देवी है मैं यहाँ सील बसोली गांव सान्दर की रहने वाली हूँ डिस्ट्रिक्ट कठुआ से पहले मतलब गाड़ियों के पीछे भागती रही हूँ गाड़ियाँ गुड़ियाँ चला के अब मैंने बैठने वाला काम स्टार्ट कर दिया है कि अपना बिजनेस हो तो अब मैंने ये खादी विलेज लोन लेके उनकी सहायता से मैंने ये अपना बिजनेस खोल दिया यहाँ पे तो थैंक्स करती हूँ खादी विलेज इंडस्ट्री ऑफिस का ये जिन्होंने मेरी हेल्प की है ये जनरल स्टोर है इसमें सारा कुछ ही रखा हुआ है मैंने तो मैं यही चाहती हूँ सभी को मतलब हेल्प करनी चाहिए लड़कियों की ਜੰਮੂ ਕਸ਼ਮੀਰ 'ਚ ਕੋਵਿਡ ਦੇ ਮਾਮਲੇ 'ਚ ਲਗਾਤਾਰ ਕਮੀ ਦਰਜ ਕੀਤੀ ਜਾਦੀ ਹੈ। ਪਿਛਲੇ 24 ਘੰਟੇ ਦੌਰਾਨ 31 ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ ਜਿੰਦੇ ਸਾਂ ਤਰੀ ਕਸ਼ਮੀਰ ਦੇ ਤੇ ਇੱਕ ਜੰਮੂ ਡਿਵੀਜ਼ਨ ਦਾ ਮਾਮਲਾ ਹੈ। ਇਸੇ ਦੌਰਾਨ 13 ਹੋਰ ਮਰੀਜ਼ਾਂ ਦੇ ਨਰੋਏ ਉਹਨੇ ਦੀ ਵੀ ਖਬਰ ਹੈ। ਜੰਮੂ ਕਸ਼ਮੀਰ 'ਚ ਕੋਵਿਡ ਸ਼ਾਂਬਲ ਉਹਨੇ ਦੀ ਦਰ 98.92% ਤੇ ਦੇਸ਼ 'ਚ ਕੋਵਿਡ ਸ਼ਾਂਬਲੋ ਨੇ ਦੀ ਦਰ 98.72% ਤੱਕ ਪੁੱਜ ਗਈ ਹੈ। ਉਹਾਂ ਪਿਛਲੇ 24 ਘੰਟੇ ਦੌਰਾਨ ਦੇਸ਼ 'ਚ ਕੋਵਿਡ ਦੇ 1265 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ 83 ਲੋਕਾਂ ਦੀ ਇਸ ਮਹਾਮਾਰੀ 'ਚ ਸ਼ਾਂਤ ਮੌਤ ਦੀ ਵੀ ਖਬਰ ਆ। ਤੋਂ ਇਹ ਦੇਸ਼ 'ਚ ਚੱਲਦੀ ਰਾਸ਼ਟਰੀ ਵਿਆਪੀ ਟੀਕਾਕਨ ਮੁਹਿੰਮ ਤਾਦ ਅਜੇ ਤੱਕ 184 ਕਰੋੜ 59 ਲੱਖਾਂ ਮਤੇ ਕੋਵਿਡ ਰੋਦੀ ਟੀਕੇ ਲਾਇ ਦਿੱਤੇ ਗਏ ਨੇ। ਭਾਰਤੀ ਆਜ਼ਾਦੀ ਦਾ 75ਵਾਂ ਬਰਸ ਸ਼ੁਰੂ ਹੋਣ ਦੇ ਸਿਲਸਿਲੇ 'ਚ ਆਕਾਸ਼ਵਾਨੀ ਜੰਮੂ ਦਾ ਖੇਤਰੀ ਸਮਾਚਾਰ ਇਕਾਂਚ ਜੰਮੂ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਸਟੂਡੈਂਟਸ ਵੈਲਫੇਅਰ ਦੇ ਸਹਿਯੋਗ ਕਨੇ ਪੇਸ਼ ਕਰਾ ਕਰਦਾ ਹੈ ਵਿਸ਼ੇਸ਼ ਪ੍ਰਸ਼ਨੋਤਰੀ ਆਜ਼ਾਦੀ ਦਾ ਅਮਰਤ ਮਹੋਤਸਵ ਕੁਇਜ਼ ਇੰਡੀਆ ਐਟ 75 ਇਹ ਦਿਤਾਤ ਅਰ ਸੋਮਵਾਰੇ ਬੜਲੇ 9 ਵਜੇ ਬੀ ਆਲੇ ਡੋਗਰੀ ਬੁਲੇਟਿਨ ਚ ਇੱਕ ਸਵਾਲ ਪੁੱਛਿਆ ਜਾਂਦਾ ਜਿਹਦਾ ਜਵਾਬ ਸ਼੍ਰੋਤਾ ਸਾਡੇ ਈਮੇਲ ਐਡਰੈਸ india75quiz@gmail.com ਪਰ ਭੇਜੀ ਸਕਦੇ ਨੇ ਸਹੀ ਜਵਾਬ ਦੇਣ ਵਾਲੇ ਸ਼੍ਰੋਤਾਇਆਂ ਚ ਦਰਉਂ ਦੀ ਪਰਚੀ ਰਾਂ ਤਾਲ ਕਰਿਏ ਜੇਤੂ ਘੋਸ਼ਿਤ ਕੀਤਾ ਜਾਗ ਤੇ ਉਹਦੇ ਨਾਮ ਦਾ ਐਲਾਨ ਅਗਲੇ ਰੋਜ਼ ਮੰਗਲਵਾਰ ਬੜਲੇ ਵਾਲੇ ਡੋਗਰੀ ਬੁਲੇਟਿਨ ਚ ਕੀਤਾ ਜਾਗ ਸ਼్రోਤਾਏ ਅਗੇ ਅਪੀਲ ਹੈ ਜਿਉਂ ਜਵਾਬ ਦੇ ਕੰਨੇ ਆਪਣਾ ਪੂਰਾ ਪਤਾ ਵੀ ਲਿਖਣਾ ਤਾਂ ਜੇ ਜੇਤੂਆਂ ਕੀ ਸਰਟੀਫਿਕੇਟ ਡਾਕ ਰਾਹੀਂ ਉਨ ਦੇ ਕਰੇ ਤਕਰ ਭਜਾਇਆ ਜਾਇ ਸਕਣਾ ਸ਼్రోਤਾਏ ਅਗੇ ਇਹ ਵੀ ਅਪੀਲ ਹੈ ਜੇ ਸਰਟੀਫਿਕੇਟ ਥੋਨੇ ਪ੍ਰਾਪਤ ਉਹ ਦੇ ਕੰਨੇ ਆਪਣੀ ਇੱਕ ਸੈਲਫੀ ਖਿਚੀਏ ਅਸਾਂ ਕੀ ਈਮੇਲ ਦੇ ਰਾਹੀਂ ਭੇਜੋ ਤਾਂ ਜੇ ਅਸ ਆਪਣੇ ਸੋਸ਼ਲ ਮੀਡੀਆ ਪਰ ਇਸੀ ਅਪਲੋਡ ਕਰੀ ਸਕਚੇ ਇੱਕ ਖਬਰਾਂ ਉਸ ਆਕਾਸ਼ਵਾਨੀ ਜੰਮੂ ਪ੍ਰਾਂ ਸੁਨਾਰਦੇਓ ਤੇ ਬਾਕੀ ਦੀਆਂ ਖਬਰਾਂ ਕੰਨੇ ਨਿਰਮਲ ਵਿਕਰਮ ਅਜੇਠਮਾ ਚੇਤਰ ਮਹੀਨੇ ਦੇ ਨਰਾਤੇ ਸ਼ੁਰੂ ਹੋਏਗੇ ਇੰਦੂ ਇਹਦਾ ਇਹ ਪਵਿੱਤਰty ਆ ਰੁਰਾਈ ਉਪਰ ਅਛਾਈ ਦੀ ਜਿੱਤ ਤੇ ਸ਼ਕਤੀ ਦੀ ਉਪਾਸਨਾ ਦਾ ਪ੍ਰਤੀਕ ਹੈ ਇੰਦੂ ਕੈਲੰਡਰ ਦੇ ਸਾਬੇ ਅਜੇਠਮਾ ਨਵੇਂ ਬਰੇ ਦਾ ਸ਼ੁਭ ਆਰੰਭ ਵੀ ਹੁੰਦਾ ਹੈ ਖੀਰ ਲੈ ਤਿਆੜਾ ਭਗਵਾਨ ਰਾਮ ਦੇ ਜਨਮ ਦਿਹਾੜੇ ਕੀ ਰਾਮ ਨੌਮੀ ਦੇ ਤੌਰ ਉਪਰ ਮਨਾਇਆ ਜਾਂਦਾ ਹੈ ਖੁਸ਼ਹਾਲੀ ਤੇ ਸੋਭਾਗੇ ਆਸਤਾ ਲੋਕ 9 ਦਿਨ ਵਰਤ ਰੱਖਦੇ ਨੇ ਤੇ ਦੇਵੀ ਦੀ ਪੂਜਾ ਅਰਚਨਾ ਕਰਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਨੇ ਅਜਾ ਦੇ ਦਿਨਾਂ ਦੀ ਸਾਰਿਆਂ ਦੀ ਮੁਬਾਰਕਬਾਦ ਦਿੰਦੋਈ ਕਾਮਨਾ ਕੀਤੀ ਜੇ ਨਵਾਂ ਬਰਾ ਸਾਰੇ ਆਸਥਕ ਖੁਸ਼ੀ ਖੁਸ਼ਹਾਲੀ ਤੇ ਸੁਖ ਸਮ੍ਰiddhi ਲੈ ਆਵੇ ਜੰਮੂ ਚ ਬਾਵੇ ਵਾਲੀ ਮਾਤਾ ਦੇ ਮੰਦਰ ਦੇ ਇਲਾਵਾ ਪਰਦੇਸ਼ ਚ ਔਰਨੇ ਦੇਵੀ ਦੇ ਮੰਦਰਾਂ ਚ ਵੀ ਬੜਲੇ ਥਮਾ ਗਿਆ ਸ਼ਰਦਾਲੂਏ ਦੀ ਪਾਰੀ ਪੀੜ ਦਿਖਣੇ ਲੱਭਰਦੀ ਹੈ ਅਜਾ ਦੇ ਤਿਹਾਰੇ ਲੋਕਾਂ ਘਰੇ ਚ ਵੀ ਪਵਿੱਤਰ ਸਾਖ ਰਾਈ ਤੇ ਪੂਜਾ ਅਰਚਨਾ ਕੀਤੀ ਮੰਦਰਾਂ ਕੀ ਬੜੇ ਸੁਨਕੜੇ ਟੰਗਾ ਕਨੇ ਸਜਾਇਆ ਗਿਦਾ ਹੈ ਸਰਕਾਰ ਨੇ ਆਖਿਆ ਜੇ ਜੰਮੂ ਕਸ਼ਮੀਰ ਚ ਨਰਾਤੇ ਤੇ ਰਮਜ਼ਾਨ ਦੇ ਪਵਿੱਤਰ ਦਿਨੇ ਦੌਰਾਨ ਲੋਕਾਂ ਗੀ ਨਿਰਵਿਘਨ ਬਿਜਲੀ ਦੀ ਸਪਲਾਈ ਉਪਲਬਧ ਕਰਾਈ ਜਾਗ ਸਰਕਾਰ ਦੇ ਪ੍ਰਵਕਤਾ ਨੇ ਆਖਿਆ ਜੇ ਅਧਿਕਾਰੀਆਂ ਗੀ ਨਿਰਦੇਸ਼ ਦਿੱਤੇ ਗੇ ਜੇ ਨਰਾਤੇ ਦੀ ਪੂਜਾ ਸੈਰੀ ਤੇ ਇਫਤਾਰ ਦੌਰਾਨ ਬਿਜਲੀ ਚ ਕਟੋਤੀ ਨਹੀਂ ਹੋਏ ਅੱਜ ਨਰਾਤੇ ਸ਼ੁਰੂ ਹੋਏ ਨੇ ਤੇ ਕੱਲ੍ਹ ਤੋਂ ਹਮਾਰ ਰਮਜ਼ਾਨ ਦਾ ਮਹੀਨਾ ਸ਼ੁਰੂ ਹਰਦਾ ਹੈ ਜੰਮੂ ਕਸ਼ਮੀਰ ਚ ਚਾਲੂ ਮਾਲੀ ਬਰੇ ਦੌਰਾਨ ਜੰਮੂ ਕਸ਼ਮੀਰ ਗ੍ਰਾਮੀਣ ਰੋਜ਼ਗਾਰ ਪੈਦਾ ਕਰਨ ਵਾਲੇ ਪ੍ਰੋਗਰਾਮ ਤਹਿਤ 446 ਯੂਨਿਟਾਂ ਕੀ ਸਥਾਪਿਤ ਕੀਤਾ ਗਿਆ ਹੈ ਲਾ ਕਾਰੀਆਂ ਕੀ 12.818 ਕਰੋੜ ਰੁਪਏ ਦੁਆਰ ਸਬਸਿਡੀ ਦੇ ਤੌਰ ਉਪਰ ਉਪਲਬਧ ਕਰਾਇਆ ਗਿਆ ਹੈ ਜਿਸ ਲਈ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਾਦਨ ਪ੍ਰੋਗਰਾਮ ਤਹਿਤ 57.52 ਕਰੋੜ ਰੁਪਏ ਦੀ ਦੁਆਰ ਰਾਸ਼ੀ ਆਪਣੇ ਆਮਦਨ ਬਖਸ਼ ਯੂਨਿਟ ਖੜੇਰਨੇ ਲਈ ਦਿੱਤੀ ਗਈ ਹੈ ਇਸ ਕੰਨੇ 10756 ਕਾਰਗਿਰਾਂਗੀ ਰੋਜ਼ਗਾਰ ਦੇ ਮੌਕੇ ਥੰਗਨ ਆਕਾਸ਼ਵਾਨੀ ਥਮਾ ਅੱਜਾ ਕੋਲਾ ਅਰਫ ਤੇ ਪ੍ਰਸਾਰਿਤੋਂ ਨੇ ਅਲੱਗ ਕਾਰਕਰਮ ਅਭਿਆਸ ਸ਼ੁਰੂ ਕੀਤਾ ਜਾਰਦਾ ਇਹ ਕਾਰਕਰਮ ਪ੍ਰਤੀਯੋਗਿਤਾ ਅਲੇ ਮਤਿਆ ਨੀਤੀ ਤਿਆਰੀਆਸਤੈ ਗੱਲਬਾਤ ਉੱਪਰ ਆਧਾਰਤੋਗ ਇਹਦਾ ਮਕਸਦ ਇਨੇ ਮਤਿਆ ਨੀਤੀ ਤਿਆਰੀ ਕਰਨ ਵਾਲੇ ਤੇ ਨੌਕਰੀਆਂ ਦੀ ਤਲਾਸ਼ ਕਰਨ ਵਾਲੇ ਵਿਦਿਆਰਥੀਏ ਥੋੜੀ ਪੌਂਚ ਬਣਾਣਾ ਹੈ ਅੱਜ ਆਲਾ ਪਹਿਲਾ ਐਪੀਸੋਡ ਮਾਡਰਨ ਹਿਸਟਰੀ ਉੱਪਰ ਰਾਤੀ 9:00 ਵਜੇ 100.1 FM Gold ਉਪਰ ਪ੍ਰਸਾਰਿਤ ਕੀਤਾ ਜਾਗ 9 April ਦੀ ਦੂਏ ਐਪੀਸੋਡ ਚ ਵਿਦਿਆਰਥੀ 9289094044 WhatsApp ਨੰਬਰ ਉਪਰ ਆਪਣੇ ਸਵਾਲ ਭੇਜੀ ਸਕਦੇ ਹਨ ਜਾਂ abhyas.air@gmail.com ਉਪਰ ਪੰਜ ਅਪ੍ਰੈਲ ਤੋਂ ਦੀ ਮੇਲ ਵੀ ਕਰੀ ਸਕਦੇ ਨੇ ਅਗਲੇ ਹਫਤੇ ਚਰਚਾ ਹਸਤ ਹੈ ਇੰਡੀਅਨ ਪੋਲਿਟੀ ਐਂਡ ਕਨਸਟੀਟਿਊਸ਼ਨ ਵਿਸ਼ੇ ਰੱਖਿਆ ਗਿਆ ਹੈ ਆਈਪੀਐਲ ਕ੍ਰਿਕਟ ਚ ਅੱਜ ਡੀਵਾਈ ਪਾਟਿਲ ਸਟੇਡੀਅਮ ਨਵੀਂ ਮੁੰਬਈ ਚ ਮੁੰਬਈ ਇੰਡੀਅਨਸ ਤੇ ਰਾਜਸਥਾਨ ਰਾਇਲਸ ਬਸ਼ਕਾਰ ਤੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਪੂਨੇ ਚ ਗੁਜਰਾਤ ਟਾਈਟਨਸ ਤੇ ਦਿੱਲੀ ਕੈਪੀਟਲਸ ਬਸ਼ਕਾਰ ਸੰਜਾ 7:30 ਵਜੇ ਮੈਚ ਖੇਡਿਆ ਜਾਗ ਜੰਧੀ ਰਾਤੀ ਕੋਲਕਾਤਾ ਨਾਈਟ ਰਾਈਡਰਸ ਨੇ ਪੰਜਾਬ ਕਿੰਗਸ ਕੀ 6 ਵਿਕਣੇ ਦਾ ਨਰਾਇ ਦਿੱਤਾ ਹ ਜੰਮੂ ਕਸ਼ਮੀਰ ਚ ਅੱਜ ਵੀ ਪੂਰਾ ਦਿਨ ਤ੍ਰਿਖੀ ਧੁੱਪ ਚੜੀਦੀ ਰਹੀ ਰਾਤੀ ਦਾ ਤਾਪਮਾਨ ਵੀ ਲਗਾਤਾਰ ਸामान्य ਥਮਾ ਉੱਪਰ ਦਰਜ ਕੀਤਾ ਜਾ ਰਿਹਾ ਹੈ ਮੌਸਮ ਵਿਭਾਗ ਨੇ ਅਗਲੇ 24 ਘੰਟੇ ਦੌਰਾਨ ਮੌਸਮ ਦੇ ਖੁਸ਼ਕਰੋਣੇ ਤੇ ਤੇਜ਼ ਧੁੱਪ ਦੀ ਪੇਸ਼ੰਗੋਈ ਕੀਤੀ ਹੈ ਤਖੀਰ ਚ ਮੁੱਖ ਮੁਖਬਰਾਂ ਇੱਕ ਬਰੀ ਪਰਤੀ ਹੈ ਪ੍ਰਧਾਨ ਮੰਤਰੀ ਮੋਦੀ ਤੇ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰਪਾ ਬਾਦੁਰ ਦੈਬੋਂ ਦੇ ਵਿਚਕਾਰ ਨਵੀਂ ਦਿੱਲੀ 'ਚ ਪ੍ਰਤੀਨਿਧੀ ਸਤਰ ਦੀ ਵਾਰਤਾਏ ਦੋਨੇ ਦੇਸ਼ੇ ਚੌ ਸਮਝੌਤੇ 'ਤੇ ਦਸਤਖਤ ਕੀਤੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਜੇ ਰਾਸ਼ਟਰੀ ਦੀ ਸੁਰੱਖਿਆ ਸਰਕਾਰ ਦੀ ਪ੍ਰਾਥਮਿਕਤਾ ਤੇ ਰੱਖਿਆ ਉਤਪਾਦਨ 'ਚ ਆਤਮ ਨਿਰਭਰਤਾ 'ਗੀ ਪੈਲ ਦਿੱਤੀ ਜਾਂਦੀ ਹੈ। ਜੰਮੂ ਕਸ਼ਮੀਰ ਪੁਲਸਾ ਦੇ ਡਾਇਰੈਕਟਰ ਜਨਰਲ ਦਿਲਬਖ ਸਿੰਘ ਹੋਣੇ ਆਖਿਆ ਜੇ ਦੁਸ਼ਮਨ ਤੇ ਰਾਸ਼ਟ੍ਰ ਵਿਰੋਧੀ ਤੱਤਵਾਂ ਦੇ ਭੜੇ ਇਰਾਦੇ ਕੀ ਕਾਮਯਾਬ ਨਹੀਂ ਹੁੰਦੇ ਤਾਂ ਜਾਗ ਉਦਮਪੁਰ ਦੇ ਐਸਟੀਸੀ ਥਮਾ ਬੀਆ ਸਭ ਦੇ 626 ਰੰਗ ਰੂਟ ਪਾਸ ਹੋਏ ਇੰਦੂਆਂ ਦਾ ਪਵਿੱਤਰ ਤਿਉਹਾਰ ਨਰਾਤੇ ਅੱਜੇ ਥਮਾ ਸ਼ੁਰੂ ਹੋਏ ਤੇ ਰਮਜ਼ਾਨ ਕੱਲੇ ਥਮਾ ਸ਼ੁਰੂ ਹੋਵਰ ਦਾ ਜੰਮੂ ਕਸ਼ਮੀਰ ਸਰਕਾਰ ਨੇ ਨਰਾਤੇ ਤੇ ਰਮਜ਼ਾਨ ਦੌਰਾਨ ਬਿਜਲੀ ਦੀ ਨਿਰਵਿਘਨ ਸਪਲਾਈ ਦੇਣੇ ਦੇ ਨਿਰਦੇਸ਼ ਦਿੱਤੇ ਨ ਇਹ ਦੇ ਕੰਨੇਗੇ ਇਸ ਵੇਲੇ ਦਾ ਇਹ ਬੁਲੇਟਿਨ ਸਮਾਪਤ ਹੋਆ Thank okay. you.